ਸਤਿ ਸ਼੍ਰੀ ਅਕਾਲ ਜੀ। ਨਮਸਕਾਰ ਜੀ। ਅੱਛਾ ਸਰ, ਇਹ ਕੌਣ ਸੀ ਜਗ੍ਹਾ ਹੈ? ਇਹ ਜੀ ਗੰਗਾਨਗਰ ਦੇ ਨਾਲ ਹੀ ਹੈ, ਇਹ ਹੈਗੀ ਤੇਰੇ ਨੇੜੇ, ਕਰ ਲਓ ਮੈਂ ਮੂੰਹ ਦੇ ਨੇੜੇ, ਸ਼ੋਭਾ ਸਿੰਘ ਵਾਲੀ ਟਾਣੀ। ਅੱਛਾ, ਇਹ ਮੇਲਾ ਬੜਤਾ ਯਹਾਂ ਪੇ? ਹਾਂਜੀ। ਕਿਸਕਾ ਮੇਲਾ ਬੜਤਾ? ਘੋੜਾ ਕਾ। ਘੋੜੇ ਕਾ ਮੇਲਾ? ਹਾਂਜੀ ਹਾਂਜੀ। ਕਿੰਨੇ ਸਾਲ ਸੇ ਬਣ ਰਹਾ ਇਹ ਜੀ? 18 ਸਾਲ ਹੋ ਗਏ। ਅੱਛਾ, ਇਸਕਾ ਕੌਣ ਕਰਵਾਤਾ ਇਹ ਮੇਲਾ? ਕੌਣ? ਜੇ ਜੀ ਗੁਰਵਚਨ ਸਿੰਘ ਕੰਗ, ਖੇਤ ਰਾਮ ਜੀ, ਮਨਰਾਜ ਸਿੰਘ, ਲਛਮਣ ਸਿੰਘ। ਵੈਸੇ ਤਾਂ ਅਸੀਂ ਛੋਟੇ ਮੋਟੇ 40 ਆਦਮੀ ਮੈਂਬਰ ਤਾਂ, ਪਰ 5 ਆਦਮੀ ਕੰਮ ਕਰ ਰਹੇ। ਗੱਲ ਇਹ ਵੀ ਮੈਂ ਗੁਰਬਚਨ ਸਿੰਘ ਪ੍ਰਧਾਨ, ਚੱਕ ਮੇਰਾ ਇੱਥੇ ਹੈ 7W। ਅਸੀਂ 18 ਸਾਲ ਹੋ ਗਏ ਲਗਾਤਾਰ ਮੇਲਾ ਲਾ ਰਹੇ ਹਾਂ। ਮੇਲਾ ਲਾਉਣ ਦੀ ਵਜ੍ਹਾ ਇਹ ਸੀਗੀ ਕਿ ਸਾਡੇ ਇੱਥੋਂ ਭਰਾਵਾਂ ਨੂੰ, ਜ਼ਿਮੀਂਦਾਰਾਂ ਨੂੰ ਘੋੜੀਆਂ ਵੇਚਣ ਵਾਸਤੇ ਮੁਕਤਸਰ ਜਾਣਾ ਪੈਂਦਾ ਸੀ। ਮੁਕਤਸਰ ਜਾਓ, ਕਿਤੇ ਕੋਟਕਪੂਰੇ ਜਾਓ, ਤਾਂ ਕੁਛ ਛੋਟੇ ਕਿਸਾਨ ਆ ਜਿਹੜੇ, ਉਹ ਬੱਚੇ ਆਪਦੇ ਕੋਈ 2 ਜਾਂ 2 ਘੋੜੀਆਂ ਵੇਚਣ ਚਲੇ ਗਏ, ਉੱਥੇ ਵਿਕੀਆਂ ਨਹੀਂ। ਉਸ ਤੋਂ ਬਾਅਦ ਉਹ ਉਹਨਾਂ ਨੂੰ ਕਿਰਾਇਆ ਜਾਂਦਿਆਂ ਵੀ ਪੈ ਗਿਆ, ਆਉਂਦਿਆਂ ਫਿਰ ਪੈ ਗਿਆ। ਅਸੀਂ ਉਹਨਾਂ ਦੀ ਉਸ ਪਰੇਸ਼ਾਨੀ ਨੂੰ ਵੇਖ ਕੇ ਅਸੀਂ ਸੋਚਿਆ, ਕਈ ਬੰਦਿਆਂ ਨੇ ਇੱਥੇ ਕਮੇਟੀ, ਸਰਦਾਰ ਗੋਪਾਲ ਸਿੰਘ ਪਹਿਲਾਂ ਪ੍ਰਧਾਨ ਸੀਗੇ, ਇਹ ਸਰਦਾਰ ਲਛਮਣ ਸਿੰਘ ਜੀ, ਚੌਧਰੀ ਹੇਤ ਰਾਮ ਜੀ, ਇਹਨਾਂ ਸਾਰਿਆਂ ਨੇ ਬਹਿ ਕੇ ਸਲਾਹ ਕੀਤੀ ਵੀ ਕਿਉਂ ਨਾ ਇੱਥੇ ਮੇਲਾ ਲਗਾਇਆ ਜਾਵੇ। ਔਰ ਸਰਦਾਰ ਗੋਪਾਲ ਸਿੰਘ ਜੀ 5-7 ਸਾਲ ਪ੍ਰਧਾਨ ਰਹੇ। ਉਸ ਤੋਂ ਬਾਅਦ ਇਹਨਾਂ ਨੇ, ਸਾਰੀ ਕਮੇਟੀ ਨੇ ਤੈਅ ਕਰ ਲਿਆ ਵੀ ਇਹਨਾਂ ਨੂੰ, ਕੰਗ ਸਾਹਿਬ ਨੂੰ ਆਪਾਂ ਪ੍ਰਧਾਨ ਬਣਾ ਲਈਏ। ਜਿਹੜਾ ਮੈਂ ਸੇਵਾ ਕਰ ਰਿਹਾ ਮੇਲੇ ਦੀ, ਜੋ ਵੀ ਮੈਥੋਂ ਹੋ ਸਕਦੀ ਹੈ ਮੈਂ ਕਰ ਰਿਹਾ। ਅੱਛਾ ਸਰ, ਇਹ ਬਤਾਈਏ ਸਰ, ਇਸਮੇ ਕੰਪੀਟੀਸ਼ਨ ਵੀ ਹੋਤਾ ਹੈ ਕਿਆ? ਕੰਪੀਟੀਸ਼ਨ ਹੋਤਾ ਹੈ, ਕੰਪੀਟੀਸ਼ਨ ਵੈਸੇ ਤੋ ਨਾਚ ਕਾ ਹੋਤਾ ਥਾ, ਕੋਈ ਅੱਛਾ ਬੜੀਆ ਜੋ ਹੈ ਉਸਕੋ 1st-2nd ਵੋ ਵੀ ਕਰਤੇ ਥੇ, ਤੋ ਉਸਮੇ ਥੋੜ੍ਹਾ ਹਮੇਂ ਪਰੇਸ਼ਾਨੀ ਆਉਣੇ ਲਗੀ। ਅਬ ਹਮ ਚਾਲ ਕਰਵਾਤੇ ਹੈ।